ਅੱਜ ਤੁਹਾਡੀ ਸ਼ਰਧਾ ਤੋੜਨ ਵਾਲੇ ਲੋਕ ਬੜਾ ਕਾਫਰ ਭਰਿਆ ਪ੍ਰਚਾਰ ਕਰ ਰਹੇ ਐ ਇਹਨਾਂ ਨੂੰ ਸਿੱਖੀ ਦੇ ਪ੍ਰਚਾਰਕ ਨਾ ਕਹੋ ਇਹ ਕਾਫਰ ਦੀਆਂ ਦੁਕਾਨਾਂ ਕਾਫਰ ਦੀਆਂ ਹੱਟੀਆਂ ਐ ਕਾਫਰ ਤੋਲਣ ਵਾਲੇ ਇਹ ਲੋਕ ਐ ਇਹ ਝੂਠ ਦੇ ਪ੍ਰਚਾਰਕ ਐ ਝੂਠੀਆਂ ਗੱਲਾਂ ਬਣਾ ਬਣਾ ਕੇ ਸਿੱਖ ਇਤਿਹਾਸ ਗੁਰ ਇਤਿਹਾਸ ਗੁਰਬਾਣੀ ਗੁਰਮਤ ਨੂੰ ਰਹਿਤ ਮਰਜ਼ਾਦਾ ਨੂੰ ਅੱਜ ਸੰਗਤਾਂ ਵਿੱਚ ਭੰਡ ਰਹੇ ਐ ਤੁਹਾਡੀ ਸ਼ਰਧਾ ਨੂੰ ਤੋੜ ਰਹੇ ਆ ਸੰਗਤ ਜੀ ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਇਹੋ ਜੇ ਲੋਕਾਂ ਨੂੰ ਭੇਖੀ ਲੋਕਾਂ ਨੂੰ ਪਹਿਚਾਣੋ ਔਰ ਇਹਨਾਂ ਲੋਕਾਂ ਦੇ ਜੋ ਕੂੜ ਦਾ ਪ੍ਰਚਾਰ ਹੈ ਉਸ ਦਾ ਹਰ ਤਰ੍ਹਾਂ ਆਪਾਂ ਡਟ ਕੇ ਮੁਕਾਬਲਾ ਕਰਨ ਵਾਲਾ ਆਪਣਾ ਆਪਣਾ ਸਾਰੇ ਖਾਲਸੇ ਦਾ ਪੰਥ ਦਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਕੂੜ ਦੇ ਪ੍ਰਚਾਰ ਦਾ ਡਟ ਕੇ ਮੁਕਾਬਲਾ ਕਰੀਏ ਇਹ ਰੋਡੇ ਪੇਖੀ ਪਹਿਲਾਂ ਵੀ ਹੋਏ ਆ ਗੁਰੂ ਕਾਲ ਦੇ ਸਮੇਂ ਵਿੱਚ ਵੀ ਐਸੇ ਮਨਮਤੀਏ ਲੋਕ ਹੋਏ ਸਨ ਜਿਨ੍ਹਾਂ ਨੇ ਗੁਰੂ ਘਰ ਨਾਲੋਂ ਸੰਗਤ ਨੂੰ ਤੋੜਨ ਦੇ ਬੜੇ ਯਤਨ ਕੀਤੇ ਸਨ ਔਰ ਸਤਗੁਰੂ ਦਸਵੇਂ ਪਾਤਸ਼ਾਹ ਜੀ ਤੋਂ ਬਾਅਦ ਵੀ ਔਰ ਫਿਰ ਅੰਗਰੇਜ਼ ਕਾਲ ਦੇ ਵਿੱਚ ਪਸੌੜੀਏ ਵੀ ਉੱਠੇ ਸਨ ਜਿਨ੍ਹਾਂ ਨੇ ਇਹੋ ਜੀਆਂ ਤਰਕਾਂ ਕੀਤੀਆਂ ਸਨ ਸਿੱਖੀ ਪਰੰਪਰਾਵਾਂ ਦੇ ਉੱਤੇ ਬਾਣੀ ਦੇ ਉੱਤੇ ਬਾਣੇ ਉੱਤੇ ਗੁਰ ਇਤਿਹਾਸ ਉੱਤੇ ਪਰ ਖਾਲਸੇ ਨੇ ਉਹਨਾਂ ਨਾਲ ਚੰਗੀ ਤਰ੍ਹਾਂ ਜਿੱਠਿਆ ਸੀ ਅੱਜ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਹੋਲੇ ਮਹੱਲੇ ਤੇ ਆਇਓ ਇਹਨਾਂ ਕਾਫਰ ਦੀਆਂ ਦੁਕਾਨਾਂ ਤੋਂ ਜਿੱਥੋਂ ਕਾਫਰ ਦਾ ਪ੍ਰਚਾਰ ਹੋ ਰਿਹਾ ਘਟੋ ਘਾਟੋ ਕਾਫਰ ਦਾ ਪ੍ਰਚਾਰ ਨਾ ਆਪਣੇ ਕੰਨਾਂ ਵਿੱਚ ਸੁਣੋ ਬੜਾ ਪਾਪ ਲੱਗੇਗਾ ਜੇ ਆਪਾਂ ਸੁਣਾਗੇ ਇਸ ਕਰਕੇ ਉਹਨਾਂ ਲੋਕਾਂ ਤੋਂ ਸਚੇਤ ਹੋ ਹਰ ਤਰ੍ਹਾਂ ਕਰਕੇ ਡਟ ਕੇ ਗੁਰਮਤ ਦੇ ਉੱਤੇ ਸ਼ਰਧਾ ਦੇ ਉੱਤੇ ਪਹਿਰਾ ਦਿਓ ਜੇ ਸ਼ਰਧਾ ਰੱਖੋਗੇ ਦੇ ਸ਼ਰਧਾ ਰੱਖੋਗੇ ਤਾਂ ਕਲਗੀ ਧਰਦੀਆਂ ਖੁਸ਼ੀਆਂ 10 ਗੁਰੂ ਸਹਿਬਾਨਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ ਇਹ ਤਾਂ ਧੂਏ ਦੇ ਬੱਦਲ ਐ ਇੱਕ ਗੱਲ ਮੇਰੀ ਚੇਤੇ ਰੱਖਿਓ ਇਹ ਧੂਏ ਦੇ ਬੱਦਲ ਐ ਉੱਡ ਜਾਣੇ ਆ ਬਹੁਤਾ ਲੰਮਾ ਸਮਾਂ ਨਹੀਂ ਇਹੋ ਜੇ ਚੱਲਦੇ ਹੁੰਦੇ ਇਹ ਧੂਏ ਦੇ ਬੱਦਲ ਇਹ ਧੂਏਂ ਦੇ ਬੱਦਲ ਉੱਡ ਜਾਣੇ ਆ ਜਦੋਂ ਉੱਡੇ ਪਤਾ ਵੀ ਨਹੀਂ ਲੱਗਣਾ ਕਿੱਧਰ ਨੂੰ ਉੱਡ ਕੇ ਚਲੇ ਗਏ ਕਿੱਧਰ ਨੂੰ ਕਲਗੀ ਧਰਨੇ ਉਡਾ ਕੇ ਪਰੇ ਮਾਰੇ ਹੈ ਪਰ ਆਪਾਂ ਦ੍ਰਿੜ ਰਹੋ ਤਗੜੇ ਰਹੋ ਇਹਨਾਂ ਲੋਕਾਂ ਤੋਂ ਸਾਵਧਾਨ ਰਹੋ ਇਹ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਖਾਲਸੇ ਨੇ ਆਪਣੀਆਂ ਪਰੰਪਰਾਵਾਂ ਦੇ ਉੱਤੇ ਬੜਾ ਡਟ ਕੇ ਪਹਿਰਾ ਦਿੱਤਾ ਸਿੱਖ ਦਾ ਵਿਸ਼ਵਾਸ ਕਿੰਨਾ ਵੱਡਾ ਹੋਣਾ ਚਾਹੀਦਾ ਖਾਲਸਾ ਜੀ ਸਾਰੀ ਦੁਨੀਆ ਕਹੇ ਕਿ ਸੰਸਾਰ ਤੇ ਰੱਬ ਨਹੀਂ ਤਾਂ ਸਿੱਖ ਕਹੇ ਮੇਰਾ ਸਿਰ ਵੀ ਲੈ ਜਾਓ ਮੈਂ ਤਾਂ ਵੀ ਕਹਾਂਗਾ ਰੱਬ ਹੈ ਵਾਹਿਗੁਰੂ ਹੈ ਪ੍ਰਮਾਤਮਾ ਹੈ ਉਹ ਹੈ ਸਿੱਖ ਸਾਰੀ ਦੁਨੀਆ ਕਹੇ ਕਿ ਗੁਰੂ ਦਾ ਅੰਮ੍ਰਿਤ ਨਹੀਂ ਹੈ ਸਿੱਖ ਕਹੇ ਮੈਂ ਸਿਰ ਦੇ ਦਿਆਂਗਾ ਪਰ ਖੰਡੇ ਬਾਟੇ ਦਾ ਅੰਮ੍ਰਿਤ ਕਲਗੀਆਂ ਵਾਲੇ ਦਾ ਮੈਂ ਉਹ ਛਕਾਂਗਾ ਸਾਰੀ ਦੁਨੀਆ ਕਹੇ ਏਕ ਓੰਕਾਰ ਤੋਂ ਲੈ ਕੇ 11 10 20 ਤੱਕ ਇਹ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨਹੀਂ ਸਿੱਖ ਕਹਵੇ ਮੇਰਾ ਸਿਰ ਵੀ ਲੈ ਜਾਏਗਾ ਬੰਦ ਬੰਦ ਵੀ ਕੱਟਿਆ ਜਾਏਗਾ ਪਰ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਾਂਗਾ ساری ਦੁਨੀਆ ਕਹਵੇ ਦਸਮ ਪਿਤਾ ਦੀ ਬਾਣੀ ਨਹੀਂ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਸਿੱਖ ਕਹਵੇ ਮੈਂ ਚਰਖੜੀ ਤੇ ਵੀ ਚੜ੍ਹ ਕੇ ਆਪਣਾ ਤੂੰਬਾ ਤੂੰਬਾ ਡਾਲ ਲਵਾਂਗਾ ਤਾਂ ਵੀ ਦਸ਼ਮ ਪਿਤਾ ਦੀ ਬਾਣੀ ਉੱਤੇ ਭਰੋਸਾ ਰੱਖਾਂਗਾ ਵਿਸ਼ਵਾਸ ਰੱਖਾਂਗਾ ਸਾਰੀ ਦੁਨੀਆ ਕਵੇ ਪੰਜਾਂ ਕਕਾਰਾਂ ਦੀ ਰਹਿਤ ਨਹੀਂ ਸਿੱਖ ਕਹਵੇ ਮੈਂ ਆਪਣਾ ਪੁਰਜਾ ਪੁਰਜਾ ਵੀ ਕਟਾ ਲਵਾਂਗਾ ਤਾਂ ਵੀ ਮੈਂ ਸਤਿਗੁਰੂ ਦੀ ਪੰਜਾਂ ਕਕਾਰਾਂ ਦੀ ਰਹਿਤ ਉੱਤੇ irdh bharosa ਰੱਖਾਂਗਾ ਸਾਧ ਸੰਗਤ ਜੀ ਸਾਡੇ ਸਿੱਖਾਂ ਨੇ ਕਿੰਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਕਿੱਡੇ ਵੱਡੇ ਸਿੱਧਕ ਕਮਾਏ ਸਿੱਖੀ ਨੂੰ ਕਮਾਇਆ ਅਡੋਲਤਾ ਰੱਖੀ ਸਾਬ ਜਾਦਿਆਂ ਵੱਲ ਵੇਖ ਲੋ ਵਜੀਦੇ ਨੇ ਕਿੱਡੇ-ਕੱਡੇ ਲਾਲਚ ਦਿੱਤੇ ਕਿੱਡੇ-ਕੱਡੇ ਵੱਡੇ ਜ਼ੁਲਮ ਕੀਤੇ ਸਿੱਖੀ ਤੋਂ ਡਲਾਉਣ ਲਈ ਅੱਜ ਖਾਲਸਾ ਜੀ ਇਹ ਲੋਕ ਜਿਹੜੇ ਆ ਨਾ ਇਹ ਵਜੀਦੇ ਦੀ ਰੂਹ ਹੈ ਪੰਥ ਦੇ ਵਿੱਚ ਆਏ ਹੋਏ ਝੂਠੇ ਨੰਨ ਦੀ ਰੂਹ ਹੈ ਜਿਹੜੇ ਤੁਹਾਨੂੰ ਸਿੱਖੀ ਨਾਲੋਂ ਤੋੜ ਰਹੇ ਆ ਇਸ ਕਰਕੇ ਮੇਰੀ ਬੇਨਤੀ ਹੈ ਪਰਪੱਕਤਾ ਨਾਲ ਦ੍ਰਿੜਤਾ ਨਾਲ ਸਿੱਖੀ ਦੇ ਉੱਤੇ ਪਹਿਰਾ ਦਿਓ ਇਹ ਤੁਸੀਂ ਮੇਰੀ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰੋ ਇਹਨਾਂ ਲੋਕਾਂ ਤੋਂ ਸਾਵਧਾਨ ਰਹੋ ਜਿਹੜੇ ਸਿੱਖੀ ਨੂੰ ਢਾ ਲੈ ਰਹੇ ਆ ਸਿੱਖੀ ਦੀਆਂ ਪਰੰਪਰਾਵਾਂ ਦਾ ਮਜ਼ਾਕ ਉਡਾ ਰਹੇ ਆ